ਐਸਐਸਪੀ ਸੋਨੀ ਮੈਚ ਪਾਸਟ ਨਾਉ ਲੈ ਰਿਆ ਇੱਕ ਕਮਾਊ ਪੁੱਤ ਆਮ ਆਦਮੀ ਪਾਰਟੀ ਦਾ ਇਹਦੀ ਮੰਥਲੀ ਕਮਾਈ ਕਰੋੜਾ ਰੁਪਏ ਚ ਹੈ ਔਰ ਹਰਜੋਤ ਸਿੰਘ ਬੈਂਚ ਜਿਹੜਾ ਪਹਿਲਾਂ ਮਨਿਸਟਰ ਸੀ ਮਾਈਨਿੰਗ ਦਾ ਇਹਦੇ ਨਾਲ ਪੈਸਾ ਆਮ ਆਦਮੀ ਪਾਰਟੀ ਦੇ ਕਾਪਰ ਚ ਜਾਂਦਾ ਉਹਨੂੰ ਕੰਟਰੋਲ ਕਰਨ ਵਾਲਿਆਂ ਚੋਂ ਇੱਕ ਨੇ ਉਹਨਾਂ ਤੇ ਕਾਰਵਾਈ ਕਿਉਂ ਨਹੀਂ ਹੁੰਦੀ ਇੱਕ ਮੰਤਰੀ ਤੇ ਇੱਕ ਅਫਸਰ ਜਿਹੜਾ ਹਾਈ ਕੋਰਟ ਸੁਪਰੀਮ ਕੋਰਟ ਦੀ ਵਾਇਲੇਸ਼ਨ ਕਰ ਦਵੇ ਉਹ ਪੁਲਿਸ ਦਾ ਮੁਖੀ ਕੌਣ ਐਸਐਸਪੀ ਸੋਨੀ ਉਹ ਸੋਨੀ ਨੂੰ ਤਾਂ ਮਿਲ ਗਿਆ ਰਿਵਾਰਡ ਇੱਕ ਐਸਐਸਪੀ ਤਰਨਤਾਰਨ ਗੁਰਮੀਤ ਚੋਹਾਨ ਜਿਹਦੀ ਫੁੱਲਾਂ ਦੀ ਵਰਖਾ ਨਾਲ ਵਿਦਾਇਕੀ ਹੋਈ ਸੀ ਜਿਹੜਾ ਅੱਜ ਤੱਕ ਨਹੀਂ ਹੋਇਆ ਕਿਉਂ ਹੋਈ ਕਿਉਂਕਿ ਲੋਕ ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਫੋਰਸ ਉਹ ਸੇ ਮਾਨਦਾਰ ਅਫਸਰ ਦੀ ਇੱਜ਼ਤ ਕਰਦੀ ਸੀ ਕਿ ਭਾਈ ਇਹ ਕੰਮ ਸਹੀ ਕਰਦਾ ਹੈ ਇਸ ਐਸਐਸਪੀ ਨੂੰ ਫੜਿਆ ਉਹਨੂੰ ਚੋਹਾਨ ਨੂੰ ਉਹਨੂੰ ਤਾਂ ਖੁੱਡੇ ਲਾਈਨ ਤੇ ਸੋਨੀ ਨੂੰ ਕਿੱਥੇ ਲਾਤਾ ਆ ਦੂਜੀ ਥਾਂ ਲਾਤਾ ਉਹ ਮੋਗੇ ਕਮੜ ਚੱਲਦੀ ਕਿਤੇ ਅਰਜੋਤ ਬੈਂਕ ਦਾ ਅਸਰ ਜਾਪਦਾ ਬੱਬੂ ਗੋਛੇ ਦਾ ਇਲੀਗਲ ਮਾਈਨਿੰਗ ਦੱਬ ਕੇ ਹੋ ਰਹੀ ਹੈ ਔਰ ਮੈਂ ਇੱਕ ਟਵੀਟ ਨਹੀਂ ਹਜ਼ਾਰਾਂ ਟਵੀਟ ਤੁਹਾਡੇ ਨਾਲ ਸਾਂਝੇ ਕੀਤੇ ਆ ਜਿੱਚੇ ਵੀਡੀਓ ਵੀ ਸਾਂਝੀ ਕੀਤੀ ਹੈ ਕਿ ਐਸਐਸਪੀ ਸੋਨੀ ਮੈਚ ਸਪਸ਼ਟ ਨਾਂ ਲੈ ਰਿਹਾ ਹੈ ਇਹ ਕਮਾਊ ਪੁੱਤ ਆਮ ਆਦਮੀ ਪਾਰਟੀ ਦਾ ਇਹਦੀ ਮੰਥਲੀ ਕਮਾਈ ਕਰੋੜਾ ਰੁਪਏ ਚ ਹੈ ਔਰ ਹਰਜੋਤ ਸਿੰਘ ਬੈਂਚ ਜਿਹੜਾ ਪਹਿਲਾ ਮਨਿਸਟਰ ਸੀ ਮਾਈਨਿੰਗ ਦਾ आनंदपुर साहब ਤੋਂ ਉਹ ਕੌਨਸਟਿਟੂਐਂਸੀ ਨੂੰ ਰਿਪਰੈਜ਼ੈਂਟ ਕਰਦੇ ਆ ਰੋਪੜ ਜ਼ਿਲ੍ਹੇ ਦੇ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਟ੍ਰੈਜਰਰ ਹੈ ਮੈਂ ਕਹਿੰਨਾ ਜਿਹੜਾ ਜਿਹਦੇ ਨਾਲ ਪੈਸਾ ਆਮ ਆਦਮੀ ਪਾਰਟੀ ਦੇ ਕਾਫਰ 'ਚ ਜਾਂਦਾ ਉਹਨੂੰ ਕੰਟਰੋਲ ਕਰਨ ਵਾਲਿਆਂ 'ਚੋਂ ਇੱਕ ਨੇ ਉਹਨਾਂ 'ਤੇ ਕਾਰਵਾਈ ਕਿਉਂ ਨਹੀਂ ਹੁੰਦੀ ਇੱਕ ਬੰਦਾ ਜਿਹੜਾ ਐਨਜੀਟੀ ਦੀ ਗਾਈਡਲਾਈਨ ਦੀ ਧੱਜੀਆਂ ਉਡਾ ਦਵੇ ਇੱਕ ਮੰਤਰੀ ਤੇ ਇੱਕ ਅਫਸਰ ਜਿਹੜਾ ਹਾਈ ਕੋਰਟ ਸੁਪਰੀਮ ਕੋਰਟ ਦੀ ਵਾਇਲੇਸ਼ਨ ਕਰ ਦਵੇ ਇੱਕ ਮੰਤਰੀ ਤੇ ਐਸਐਸਪੀ ਜਿਹੜਾ এনवायरमेंट ਦੀਆਂ ਧੱਜੀਆਂ ਉਡਾ ਦਵੇ ਤੇ ਬੜਾ ਸਪਸ਼ਟ ਹੋ ਜਾਂਦਾ ਕਿ ਉਹ ਕਾਨੂੰਨ ਤੋਂ ਉੱਤੋਂ ਦੀ ਹੈ ਔਰ ਇੱਕ ਵੀਡੀਓ ਨਹੀਂ ਅੱਜ ਛੋਟੀਆਂ ਅਖਬਾਰਾਂ ਨੇ ਕਈ ਵਾਰੀ ਆ ਛਾਪ ਛੱਡਿਆ ਕਿ ਕਿਵੇਂ ਉੱਥੇ ਜਿਹੜਾ ਉਹ ਮੇਨ ਅਨੰਦਪੁਰ ਸਾਹਿਬ ਦਾ ਪੁਲ ਹੈ ਉਹਦੇ ਇਟਸ ਇਨ ਸੀਰੀਅਸ ਡੈਂਜਰਸ ਕੰਡੀਸ਼ਨ ਕਿ ਉਹ ਪੋਲੀ ਡਿੱਗ ਜਾਣਾ ਜੇ ਹਾਲਾਤ ਉਹਦੇ ਜਿਸ ਤਰ੍ਹਾਂ ਉਹਦੀਆਂ ਨੀਹਾਂ ਅਫੈਕਟ ਹੋ ਰਹੀਆਂ ਬਿਕੋਜ਼ ਆ ਬਿਲੀਗਲ ਮਾਈਨਿੰਗ ਜੇ ਡੀਸੀ ਸਾਹਿਬ ਕੋਲ ਵੀ ਸ਼ਿਕਾਇਤ ਜਾਣੀ ਹੈ ਅਖੀਰ ਚ ਪੁਲਿਸ ਕੋਲ ਜਾਣਾ ਉਹ ਪੁਲਿਸ ਦਾ ਮੁਖੀ ਕੌਣ ਐਸਐਸਪੀ ਸੋਨੀ ਉਹ ਸੋਨੀ ਨੂੰ ਤਾਂ ਮਿਲ ਗਿਆ ਰਿਵਾਰਡ ਇੱਕ ਐਸਐਸਪੀ ਤਰਨਤਾਰਨ ਗੁਰਮੀਤ ਚੌਹਾਨ ਜਿਹਦੀ ਫੁੱਲਾਂ ਦੀ ਵਰਖਾ ਨਾਲ ਵਿਦਾਇਗੀ ਹੋਈ ਸੀ ਜਿਹੜਾ ਅੱਜ ਤੱਕ ਨਹੀਂ ਹੋਇਆ ਕਿਉਂ ਹੋਈ ਕਿਉਂਕਿ ਲੋਕ ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਫੋਰਸ ਉਸ ਇਮਾਨਦਾਰ ਅਫਸਰ ਦੀ ਇੱਜ਼ਤ ਕਰਦੀ ਸੀ ਕਿ ਭਾਈ ਇਹ ਕੰਮ ਸਹੀ ਕਰਦਾ ਹੈ ਉਸ ਨੂੰ ਤਾਂ ਅੱਜ ਤੱਕ ਖੁੱਡੇ ਲਾਈਨ ਲਾ ਛੱਡਿਆ ਉਹਨੂੰ ਕੋਈ ਬਦਲ ਉਹਨੂੰ ਕੋਈ ਥਾ ਪੋਸਟਿੰਗ ਨਹੀਂ ਦਿੱਤੀ ਵਾਏ ਕਿਉਂਕਿ ਉਹਨੇ ਮਨਜਿੰਦਰ ਸਿੰਘ ਲਾਲਪੁਰਾ ਜਿਹੜਾ ਐਮ.ਐਲ.ਏ ਹੈ ਖਡੂਰ ਸਾਹਿਬ ਦਾ ਉਹਦਾ ਬ੍ਰਦਰ ਨਿਸ਼ਾਨ ਸਿੰਘ ਆ ਮੈਂ ਫੋਟੋ ਪਹਿਲਾਂ ਵੀ ਸਾਂਝੀ ਕੀਤੀ ਸੀ ਆ ਉਹਦੇ ਘਰ ਦੀ ਫੋਟੋ ਆ ਆ ਸਾਰੇ ਟਿਪ ਪਰ ਪੋਕ ਲੈਣਾ ਕੀ ਕੁਛ ਉਥੇ ਪਿਆ ਤਾਂ ਆ ਉਹਦੀਆਂ ਨੋਟਾਂ ਦੀਆਂ ਗੱਡੀਆਂ ਦੇ ਨਾਲ ਉਹਦੀ ਫੋਟੋ ਤੇ ਹੋਰ ਮੇਰੇ ਕੋਲ ਹਲੇ ਇਹਦੇ ਕੋਲੇ ਕਿਦਾ ਸਾਰਾ ਹਿਸਾਬ ਕਿਤਾਬ ਕਿ ਕਿੰਨਾ ਪੈਸਾ ਇਕੱਠਾ ਹੁੰਦਾ ਸੀ ਕਿੱਥੇ ਜਾਂਦਾ ਉਹ ਵੀ ਮੈਂ ਜਲਦ ਸਾਂਝੀ ਕਰੂੰ ਜੇ ਐਸਐਸਪੀ ਨੇ ਉਹਨੂੰ ਰੰਗੇ ਹੱਤੀ ਪੜਿਆ ਅਸੀਂ ਸੀਬੀਆਈ ਦੀ ਇਨਕੁਆਇਰੀ ਦੀ ਮੰਗ ਕੀਤੀ ਕਿ ਤੁਸੀਂ ਕਾਲ ਲੋਕੇਸ਼ਨ ਕੱਢ ਲਿਓ ਇਹ ਨਿਸ਼ਾਨ ਸਿੰਘ ਬ੍ਰਦਰ ਲੋ ਆਪਾ ਮਨਜਿੰਦਰ ਲਾਲਪੁਰਾ ਖੱਡਤੀ ਲੱਭੂਗਾ ਤੁਹਾਨੂੰ ਰਾਤ ਨੂੰ ਜੀ ਦੀ ਜ਼ਮੀਨ ਚ ਇਲੈਗਲ ਮਾਈਨਿੰਗ ਹੋਈ ਉਹ ਲੇਡੀ ਸ਼ਿਕਾਇਤ ਕਰਤਾ ਤੁਹਾਡੇ ਸਾਹਮਣੇ ਆਈ ਮਗਰ ਨੋ ਐਕਸ਼ਨ ਜੇ ਐਸਐਸਪੀ ਨੂੰ ਜੇ ਐਸਐਸਪੀ ਨੂੰ ਫੜਿਆ ਉਹਨੂੰ ਚੋਹਾਨ ਨੂੰ ਉਹਨੂੰ ਤਾਂ ਖੁੱਡੇ ਲਾਈਨ ਤੇ ਸੋਨੀ ਨੂੰ ਕਿੱਥੇ ਲਾਤਾ ਆ ਦੂਜੀ ਥਾਂ ਲਾਤਾ ਰੋ ਮੋਗੇ ਆ ਮੋਗੇ ਦੀ ਵੀਡੀਓ ਵਿਖਾਈ ਚੱਲੇ ਵਿਖਾਉਂਦਾ ਮੈਨੂੰ ਲੱਗਾ ਤੋ ਮਿੰਟ ਚੱਲਦੀ ਕਿੱਥੇ ਹਰਜੋਤ ਬੈਂਸ ਦਾ ਅਛਰਜ ਆਪਦਾ ਬੱਬੂ ਗੋਛੇ ਦਾ ਚੱਲ ਭੂ ਹੁਣ ਆ ਤੁਹਾਨੂੰ ਬਖਾਵਾ ਕੇ ਉਹਨੂੰ ਉਹਨੂੰ ਦੇਤੀ ਜੀਨੇ ਇਲੀਗਲ ਮਾਈਨਿੰਗ ਫੜੀ ਉਹਨੂੰ ਤਾਂ ਸਜ਼ਾ ਤੇ ਜਿਹੜਾ ਇਲੀਗਲ ਮਾਈਨਿੰਗ ਕਰਾਉਂਦਾ ਜੀਦੀ ਆਪ ਦੀ ਕਮਾਈ ਜੋ ਆਪ ਨੂੰ ਦਿੱਤਾ ਆਮ ਆਦਮੀ ਪਾਰਟੀ ਨੂੰ ਦਿੰਦਾ ਸੀ ਉਹ ਅੱਡ ਸੋਨੀ ਦੀ ਸੀਬੀਆਈ ਡੀ ਇਨਕੁਆਇਰੀ ਹੋ ਗਈ ਕਰੋੜਾ ਰੁਪਏ ਬੇਨਾਮੀ ਇਹਦੇ ਕੋਲੋਂ ਨਿਕਲੂਗੀ ਬਿਕੋਜ਼ ਇਸ ਬੰਦੇ ਨੇ ਮੋਗੇ 'ਚ ਬੜਾ ਵੱਡਾ ਇਲੀਗਲ ਮਾਈਨਿੰਗ ਦਾ ਇੱਕ ਪੁਆਇੰਟ ਚੱਲਦਾ ਵੱਡੇ ਪੁਆਇੰਟਸ ਚੱਲਦੇ ਆ ਉੱਥੇ ਹੁਣ ਇਹਨੂੰ ਲਾਤਾ ਉੱਥੇ ਕਿ ਇੱਥੇ ਤੇਰਾ ਰੌਲਾ ਵੱਧ ਪੈ ਗਿਆ ਹੁਣ ਤੂੰ ਚੱਲ ਉੱਥੇ ਔਰ ਇਹ ਸੋਨੀ ਸਾਹਿਬ ਕੌਣ ਨੇ lettes not forget ਕਿ ਉਹ ਬਲਜਿੰਦਰ ਕੌਰ ਜਿਹੜੀ 1158 ਪ੍ਰੋਫੈਸਰ ਜਦ ਸੁਸਾਈਡ ਕਰ ਗਈ ਉਹਨੇ ਆਪਦੇ ਸੁਸਾਈਡ ਨੋਟ 'ਚ ਡਾਈਇੰਗ ਡੈਕਲੇਰੇਸ਼ਨ 'ਚ ਉਨੇ ਹਰਜੋਤ ਬੈਂਸ ਨੂੰ ਜ਼ਿੰਮੇਵਾਰ ਠਰਾਇਆ ਐ ਐਸਐਸਪੀ ਐਡਾ ਵੱਡਾ ਚਮਚਾ ਸਰਕਾਰ ਦਾ ਕਿ ਸੁਸਾਈਡ ਨੋਟ ਤੇ ਪਰਚਾ ਲਈ ਦਰਜ ਹੋਇਆ ਉਹ ਕੁੜੀ ਦੇ ਸੌਰੇ ਤੇ ਤੇ ਘਰ ਵਾਲੇ ਤੇ ਪਰਚਾ ਦਿੱਤਾ ਔਰ ਮੁੜ ਕੇ ਹੁਣ ਸੌਰਾ ਛੱਡ ਵੀ ਦਿੱਤਾ ਔਰ ਮੇਰੇ ਕੋਲ ਖਬਰ ਆ ਕਿ ਘਰ ਵਾਲੇ ਨਾਲ ਵੀ ਗੱਲ ਮੁੱਕ ਗਈ ਆ ਕਿਉਂ ਕਿ ਕਿਉਂਕਿ ਉਸ ਵੇਲੇ ਪਰਚਾ ਯੋਜਨਾ ਜ਼ਰੂਰੀ ਸੀ ਉਹਨਾਂ ਤੇ ਟੂ ਸੇਵ ਹਰਜੋਤ ਬੈਂਸ ਇਹ ਜੇ ਕੰਮ ਕਰਦਾ ਰਿਹਾ ਹੁਣ ਮੈਂ ਅਗਲੀ ਗੱਲ ਤੇ ਦੀ ਤੇ ਆਉਣਾ ਵੇਖੋ ਇਸ ਬੰਦੇ ਦੀ ਜਾਂਚ ਕਿਉਂ ਨਾ ਹੋਵੇ ਇਜ਼ੀ ਇਜ਼ ਸੋਨੀ ਅਬਵ ਲਾ ਜਿਹੜੀ ਜ਼ਮੀਨ ਈਡੀ ਨੇ ਜ਼ਬਤ ਕੀਤੀ ਹੋਵੇ ਉਸ ਜ਼ਮੀਨ ਤੇ ਇਲੀਗਲ ਮਾਈਨਿੰਗ ਹੋ ਰਹੀ ਹੋਵੇ ਔਰ ਐਸਐਸਪੀ ਇਸ ਸਲੀਪਿੰਗ ਓਵਰ ਇਟ ਤੇ ਫਿਰ ਉਤੇ ਕਾਰਵਾਈ ਬਣਦੀ ਹੈ ਕਿ ਨਹੀਂ ਬਣਦੀ ਕਿਉਂਕਿ ਉਹ ਪੈਸਿਆਂ ਦੀ ਉਹਨਾਂ ਨੇ ਬੜੀ ਮਿਲੀ ਭੁਗਤ ਨਾਲ ਵੇਖੋ ਐਸਐਸਪੀ ਕਿੱਡਾ ਸ਼ਰਾਰਤੀ ਹੈ ਇਹ ਇਹਨੇ ਕਹੂਗਾ ਜੀ ਮੈਂ ਤਾਂ ਐਫ ਆਈ ਆਰ ਦਰਜ ਕਰਤੀ